ਪੈਗੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆਂ ਮੱਥਾ ਟੇਕਦੇ ਆਂ ਤੁਸੀਂ ਆਣ ਟੁਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਹਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਨੀਕੰਮੋ ਨੀਕੰਮੋ ਤੂੰ ਕੁਛ ਸੁਣਿਆ ਕੁਛ ਸੁਣਿਆ ਬਾਬੇ ਨਾਨਕ ਨੇ ਮਲਕ ਭਾਗੋ ਦੇ ਮਹਿਲਾਂ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਨੀ ਕੀ ਕਿਹਾ ਕੀ ਕਿਹਾ ਨੀ ਬੰਸੂ ਤੂੰ ਇਹ ਕੀ ਕਹਿ ਰਹੀ ਹੈ ਉਹ ਤਾਂ ਸਾਡਾ ਸ਼ਾਹ ਹੈ ਇਹ ਕਿਵੇਂ ਹੋ ਸਕਦਾ ਹੈ ਨੀ ਹਾਂ ਮੈਂ ਸੱਚ ਕਹਿ ਰਹੀ ਹਾਂ ਦੀਨ ਦੁਖੀਆਂ ਦਾ ਮਾਲਕ ਬਾਬਾ ਨਾਨਕ ਫਕੀਰ ਸ਼ਾਹ ਦਾ ਸ਼ਾਹ ਹੈ ਉਹ ਭਾਈ ਲਾਲੋ ਦੇ ਘਰ ਗਿਆ ਪਰ ਮਲਕ ਭਾਗੋ ਦੇ ਮਹਿਲਾਂ 'ਚ ਨਹੀਂ ਗਿਆ ਬੰਸੋ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਜੋ ਤੂੰ ਕਹਿ ਰਹੀ ਹੈ ਨੀ ਮੈਂ ਠੀਕ ਕਹਿ ਰਹੀ ਹਾਂ ਇੰਨਾ ਹੀ ਨਹੀਂ ਬਾਬੇ ਨਾਨਕ ਨੇ ਮਲਕ ਭਾਗੋ ਦੀ ਰੋਟੀ ਨਹੀਂ ਖਾਧੀ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਧੀ ਹੈ ਕੋਧਰੇ ਦੀ ਰੋਟੀ ਕੋਧਰੇ ਦੀ ਰੋਟੀ ਹਾਂ ਕੋਧਰੇ ਦੀ ਰੋਟੀ ਬਾਬੇ ਨਾਨਕ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਬੜੇ ਸ਼ੌਕ ਨਾਲ ਖਾਧੀ ਇਸ 'ਚ ਵੀ ਕੋਈ ਇਲਾਜ ਹੋਣਾ ਫੁੱਟਦਾ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾ ਹੋਵੇ ਤਨ ਮਨ ਦੇ ਬਦਲਣ ਵੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ ਧੰਨ ਬਾਬਾ ਨਾਨਕ ਤੇਰੀ ਵੱਡਿਆਈ ਧੰਨ ਬਾਬਾ ਨਾਨਕ ਤੇਰੀ ਵੱਡਿਆਈ ਬਾਬੇ ਨਾਨਕ ਨੇ ਤਾਂ ਆਪਣੇ ਚਾਰ ਉਦਾਸੀਆਂ ਵਿੱਚ ਸਾਰੇ ਜਗ ਨੂੰ ਤਾਰਿਆ ਉਹ ਜਿੱਥੇ ਵੀ ਜਾਂਦੇ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਦਿੰਦੇ ਉਹਨਾਂ ਨੇ ਕੌਡੇ ਰਾਖਸ਼ ਦਾ ਉਧਾਰ ਕੀਤਾ ਪਰਮਾਤਮਾ ਦੀ ਸੱਚੀ ਆਰਤੀ ਕੀ ਹੁੰਦੀ ਹੈ ਇਹ ਦੱਸਿਆ ਭੁੱਲੇ ਭਟਕੇ ਲੋਕਾਂ ਨੂੰ ਰਾਹ ਪਾਇਆ ਵਾਹ ਬਾਬਾ ਨਾਨਕ ਤੇਰੀ ਲੀਲਾ ਅਪਰੰਪਾਰ ਧੰਨ ਬਾਬਾ ਨਾਨਕ ਜੀ ਤੁਸੀਂ 20 ਰੁਪਏ ਦਾ ਵਪਾਰ ਨਹੀਂ ਕੀਤਾ ਸਗੋਂ ਸਾਨੂੰ ਭੁੱਖਿਆਂ ਨੂੰ ਭੋਜਨ ਕਰਾਇਆ ਵਾਹ ਬਾਬਾ ਨਾਨਕ ਧੰਨ ਬਾਬਾ ਨਾਨਕ ਵਾਹ ਬਾਬਾ ਨਾਨਕ ਧੰਨ ਬਾਬਾ ਨਾਨਕ ਓ ਮਲਕ ਭਾਗੋ ਜੀ ਆ ਰਹੇ ਹਨ ਪ੍ਰਣਾਮ ਪ੍ਰਣਾਮ ਮੈਂ ਸੁਣਿਆ ਇੱਥੇ ਬਾਬਾ ਨਾਨਕ ਜੀ ਆਏ ਹਨ ਕਿੱਥੇ ਗਏ ਬਾਬਾ ਜੀ ਬਾਬਾ ਜੀ ਹਾਂ ਮੈਨੂੰ ਲੱਗਦਾ ਬਾਬਾ ਜੀ ਭਾਈ ਲਾਲੋ ਦੇ ਘਰ ਗਏ ਹਨ ਲਾਲੋ ਦੇ ਘਰ ਉਹ ਤਰਖਾਣ ਲਾਲੋ ਉਹਦੇ ਕੋਲ ਕੀ ਹੈ ਮੇਰੇ ਕੋਲ ਧਨ ਦੌਲਤ ਹੀਰੇ ਜਵਾਹਰਤ ਸਭ ਕੁਛ ਹੈ 36 ਪਦਾਰਥ ਮੇਰੇ ਕੋਲ ਹਨ ਵਨ ਸੁਵੰਨੇ ਭੋਜਨ ਮੈਂ ਲੈ ਕੇ ਆਇਆ ਹਾਂ ਬਾਬਾ ਨਾਨਕ ਉੱਥੇ ਲਾਲੋ ਦੇ ਘਰ ਚਲੇ ਗਏ ਸਮਝ ਨਹੀਂ ਆਇਆ ਜਾ ਕੇ ਕਹੋ ਬਾਬਾ ਜੀ ਨੂੰ ਇਹ ਸ਼ਹਿਰ ਦਾ ਮਾਲਕ ਮਲਕ ਭਾਗੋ ਆਇਆ ਹੈ ਜੀ ਹਜ਼ੂਰ ਜੀ ਹਜ਼ੂਰ ਮੈਂ ਸੁਣਿਆ ਬਾਬਾ ਨਾਨਕ ਗਰੀਬਾਂ ਦਾ ਮਿੱਤਰ ਹੈ ਉਸ ਦੀ ਮੌਜ ਫਕੀਰਾਂ ਵਾਲੀ ਹੈ
अच्छा फकीर बाबे नानक नू हिंदू मुसलमान बराबर प्यार करते हैं उन्हां दे चेले भाई मरदाना मुसलमान ते दूजा भाई बाला हिंदू है। हाँ जी बाबा नानक जी भाई लालो दे घर ही हैं। मैं दसिया शहर दे शाह मलक भागो जी आए हैं, आओ मैं तुहानू उत्थे लैके चलदा हाँ। चलो बाबा जी नू उत्थे ही मिल लैने आ ते एह वन सुवन्ना भोजन उन्हां नू छकाने आ। सतगुर खे रचाया मेरा बाबा नानक आया, ओ सतगुर खेड़ रचाया मेरा बाबा नानक आया, सतगुर खेड़ रचाया मिल करिए ते दुख सारे दूर गवाए ने, सतगुरु नानक आए ने, सतगुरु नानक आए ने, चलो चल रल मिल दर्शन करिए सतगुरु नानक आए ने, चलो चल पाऊ सागर मिल करिए कल युग तारन आए ने, चलो चल रल मिल दर्शन करिए सतगुरु नानक आए ने, चलो चल पाऊ सागर मिल करिए कल युग तारन आए ने, चलो चल रल मिल दर्शन करिए सतगुरु नानक आए ने, चलो चल पाऊ। बाबा जी ने एक हाथ च मलक भागो की रोटी फड़ी ते दूजे विच भाई लालो की रोटी। जद दोहां नूं निचोड़िया तां मलक भागो की रोटी च लहू ते भाई लालो की रोटी च दुध निकलिया। एह की मेरी रोटी चो लहू? हाँ मलक भागो, तू गरीबां दा लहू चूस के ये रोटी कमाई है ते भाई लालो ने धर्म दी किरत करके तू खून पसीने की कमाई नाल ये रोटी कमाई है। उठ अज तो गरीबां दी लुटमार बंद कर, नेक इंसान बन, धर्म दी किरत कर ते बाबे नानक दे रस्ते ते चल, किरत कर नाम जप ते वंड चक। उठ मलक भागो उठ, पछतावा ना कर ते सरबत दे पले दी किरत कर। मैनू गुरु जी माफ़ कर दिओ, मैनू माफ़ कर दिओ, मैं अज तो तुहाडे दसे राह ते चलांगा। सब थाए ओंकार नानक, पार नानक पार नानक, सब थाए ओंकार नानक, पार नानक पार नानक, सब थाए ओंकार नानक, पार नानक पार नानक, सब थाए ओंकार नानक, नानक पार। But one God, and that all human beings are equal in His eyes, irrespective of religion, caste, or creed.